ਐਤਵਾਰ ਨੂੰ ਜ਼ਿਲ੍ਹਾ ਤਰਨ ਤਾਰਨ ਵਿੱਚ ਪੈਂਦੇ ਸ੍ਰੀ ਗੋਇੰਦਵਾਲ ਸਾਹਿਬ ਦੇ ਨੇੜੇ ਪਿੰਡ ਤੁੰਦਾ ਵਿੱਚ ਬਿਆਸ ਦਰਿਆ ਦੇ ਵਿੱਚੋਂ 25 ਬੰਬ ਬਰਾਮਦ ਹੋਏ ਨੇ। ਬੰਬ ਮਿਲਣ ਦੀ ਖਬਰ ਜਿਵੇਂ ਹੀ ਫੈਲੀ ਤਾਂ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਬੰਬਾਂ ਬਾਰੇ ਪੁਲਿਸ ਨੂੰ ਤੁਰੰਤ ਸੂਚਿਤ ਕੀਤਾ ਗਿਆ। ਪੁਲਿਸ ਨੇ ਬੰਬਾਂ ਨੂੰ ਮਿੱਟੀ ਵਿੱਚ ਦੱਬ ਕੇ ਨਕਾਰਾ ਕਰ ਦਿੱਤਾ ਹੈ। ਪਿੰਡ ਦੇ ਸਰਪੰਚ ਨੇ ਦੱਸਿਆ ਕਿ ਪਿੰਡ ਦਾ ਨੌਜਵਾਨ ਖੇਤਾਂ ਵਿੱਚ ਗਿਆ ਤਾਂ ਉਹਨੇ ਵੇਖਿਆ ਕਿ ਬੰਬ ਵਰਗੀ ਚੀਜ਼ ਪਈ ਹੈ। ਉਸਨੇ ਪਿੰਡ ਵਾਲੇ ਇਕੱਠੇ ਕਰ ਲਏ ਅਤੇ ਪਤਾ ਲੱਗਾ ਕਿ 1971 ਵਿੱਚ ਇਸ ਜਗ੍ਹਾ ਤੇ ਫੌਜ ਹੁੰਦੀ ਸੀ। ਪਿੰਡ ਵਾਲਾ ਮੁਤਾਬਕ ਇਹ ਉਸ ਵੇਲੇ ਦੇ ਹੀ ਬੰਬ ਹੋ ਸਕਦੇ ਹਨ। ਦਹਿਸ਼ਤ ਦੀ ਜਿਹੜੀ ਮਾਹੌਲ ਵਾਲੀ ਗੱਲ ਆ ਉਹ ਤੇ ਕੁਛ ਨਾ ਕੁਛ ਹੁੰਦਾ ਹੀ ਹੈਗਾ ਵੀ ਜਿਹੜੇ ਜਿੰਦਾ ਬੰਬ ਮਿਲੇ ਆ ਭਾਵੇਂ ਇਹ ਪੁਰਾਣੇ ਹੀ ਆ ਕੋਈ 65-71 ਦੇ ਉਸ ਟਾਈਮ ਦੀ ਛਾਣ ਮਾਰੀ ਹੁੰਦੀ ਰਹੀ ਉਦੋਂ ਦੇ ਜਿਹੜੇ ਪਾਏ ਗਏ ਦੱਸਦੇ ਨੇ ਕਿਉਂਕਿ ਜੰਗਾਲ ਜੰਗੂਲ ਲੱਗਾ ਵਾ ਕੁਛ ਪਰ ਫਿਰ ਵੀ ਜਿਹੜਾ ਇਹਦਾ ਡਰ ਤਾਂ ਹੁੰਦਾ ਹੀ ਆ ਵੀ ਇੱਕ ਦੇ ਕੋਈ ਅਣਸਖਾਵੀਂ ਘਟਨਾ ਨਾ ਜਿਹੜੀ ਸਵੇਰੇ ਸਾਨੂੰ ਇਨਫੋਰਮੇਸ਼ਨ ਮਿਲੀ ਜੀ ਬਈ ਇੱਥੇ ਮਤਲਬ ਉਦੋਂ ਥੋੜ੍ਹੀ ਮਾਤਰਾ ਜੀ ਪਹਿਲਾਂ ਮਿਲੀ ਉਦੋਂ ਤੋਂ ਬਾਅਦ ਫਿਰ ਸਰਚ ਕਰਨ 'ਤੇ ਇਹਨਾਂ ਦੇ ਪਹਿਲਾਂ 23 ਬੰਬ ਬਰਾਮਦ ਹੋਏ ਦੋ ਫਿਰ ਦੁਬਾਰਾ ਸਰਚ ਕੀਤੀ ਫਿਰ 25 ਬੰਬ ਹੋ ਗਏ ਉਹਨਾਂ ਦੇ ਕੁਆਂਟੇ ਅਤੇ ਅਸੀਂ PAP ਤੋਂ ਬੰਬ ਡਿਸਪੋਜ਼ਲ ਟੀਮ ਜਿਹੜੀ ਉਹ ਮੰਗਾਈ ਹੈ ਉਹ ਆ ਰਹੀ ਹੈ ਅਤੇ ਉਹ ਦੇਖ ਕੇ ਇਹਨਾਂ ਦੇ ਹਾਲਾਤ ਅਤੇ ਇਹਨੂੰ ਡਿਸਟਰੋਏ ਕਰਾਉਣਾ।